ਦੁੱਲੇ ਦੀਆਂ 100 ਡਾਲਰ ਦੀਆਂ ਹੋਣਗੀਆਂ। ਨਾ ਤੇ ਝੋੜ ਦੀ ਕਬੱਡੀ ਮੈਦਾਨ ਦੇ ਵਿੱਚ ਪੈ ਗਈ ਆ ਮੇਰੇ ਵੀਰੇ ਛਪਾਰ ਵਾਲਾ ਮੁੰਡਾ ਏਰੀਆ ਇਸ ਨੌਜਵਾਨ ਦਾ, ਅੱਜ ਹੀ ਗੱਲ ਕਰਾਂਗੇ ਕਬੱਡੀ ਤੋਂ ਬਾਅਦ। ਇਸ ਸਮੇਂ ਕੌਣ ਬੈਂਸਾਂ ਵਾਲਾ, ਬੈਂਸਾਂ ਵਾਲਾ ਮੇਰੇ ਵੀਰਿਓ ਪੁਆਇੰਟ ਨਾੜ ਝੋੜ ਨਿਊਜ਼ੀਲੈਂਡ ਦੀ ਖੇਡਿਆ ਹੈ। ਕਬੱਡੀ ਹੱਟ ਕਬੱਡੀ ਪੰਨੇ ਹੈ, ਹੱਟ ਕਬੱਡੀ ਯਾਰਾਂ ਦੀ, ਇਹ ਖੇਡ ਵੱਡੇ ਸਰਦਾਰਾਂ ਦੀ, ਹੱਟ ਕਬੱਡੀ ਯਾਰਾਂ ਦੀ ਇਹ ਖੇਡ। ਸ਼ੁਕਰੀਆ ਪੰਜਾਬ ਸਪੋਰਟਸ ਕਬੱਡੀ ਕਲੱਬ ਲਈ ਇੱਕ ਦਾ ਵਾਧਾ, ਗੁਰਜੀਤ ਸਿੰਘ ਜੀ ਬਾਪਲਾ, ਮੇਜਰ ਨੱਥ, ਦੇਵ ਔਜਲਾ, ਰਾਜ ਨੱਥ ਉਹਨਾਂ ਟੀਮ ਲਈ ਇੱਕ ਦਾ ਵਾਧਾ ਕਰਦਾ ਹੋਇਆ ਚੱਲਦੀ ਅਗਲੀ ਕਬੱਡੀ ਪਾ। ਲਾਲੀ ਸਿੱਧੂ ਜੀ ਬੈਤ ਲਿਟ ਜੀ ਡੇਰਾ ਬਾਬਾ ਨਾਨਕ ਵਾਲਾ ਸਮੇਂ ਗੱਜਣ ਸਿੰਘ ਵਾਲੀ ਕਬੱਡੀ, ਦੂਸਰੇ ਪਾਸੇ ਡੱਫਰ ਵਾਲਾ ਇਸ ਸਮੇਂ ਪਵੀ ਡੱਫਰ ਦੀ ਧਰਤੀ ਦਾ ਲਾਉਣਾ ਹੋਇਆ ਤਕੜਾ ਜੱਫਾ। ਵੇਖਾਂਗੇ ਕਿ ਪੁਆਇੰਟ 30 ਸੈਕਿੰਡ ਦਾ ਸਮੇਂ ਦੇ ਵਿੱਚ ਕਿਸ ਟੀਮ ਦਾ ਪੁਆਇੰਟ ਹੋਵੇਗਾ। ਇੱਕ ਪਾਸੇ ਪਵੀ, ਪਵੀ ਦੇ ਦੂਸਰੇ ਪਾਸੇ ਪਵੀ, ਪਵੀ ਦੇ ਛੁਪਾਰ ਵਾਲਾ, ਇਸ ਸਮੇਂ ਛੁਪਾਰ ਵਾਲਾ, ਛੁਪਾਰ ਵਾਲਾ ਪੈਣ ਧਾਵੀ ਦਾ। ਸਪੋਰਟਸ ਕਬੱਡੀ ਕਲੱਬ ਲਈ ਇੱਕ ਦਾ ਵਾਧਾ, ਗੁਰਜੀਤ ਸਿੰਘ ਜੀ ਬਾਪਲਾ, ਮੇਜਰ ਨੱਥ, ਦੇਵ ਔਜਲਾ, ਰਾਜ ਨੱਥ ਉਹਨਾਂ ਟੀਮ ਲਈ ਇੱਕ ਦਾ ਵਾਧਾ ਕਰਦਾ ਹੋਇਆ ਚੱਲਦੀ ਅਗਲੀ ਕਬੱਡੀ ਪਾ। ਲਾਲੀ ਸਿੱਧੂ ਜੀ ਬੈਂਤ ਲਿਟ ਜੀ ਡੇਰਾ ਬਾਬਾ ਨਾਨਕ ਵਾਲਾ ਸਮੇਂ ਗੱਜਣ ਸਿੰਘ ਵਾਲੀ ਕਬੱਡੀ, ਦੂਸਰੇ ਪਾਸੇ ਡੱਫਰ ਵਾਲਾ ਇਸ ਸਮੇਂ ਪਵੀ ਡੱਫਰ ਦੀ ਧਰਤੀ ਦਾ ਲਾਉਣਾ ਹੋਇਆ ਤਕੜਾ ਜੱਫਾ। ਵੇਖਾਂਗੇ ਕਿ ਪੁਆਇੰਟ 30 ਸੈਕਿੰਡ ਦਾ ਸਮੇਂ ਦੇ ਵਿੱਚ ਕਿਸ ਟੀਮ ਦਾ ਪੁਆਇੰਟ ਹੋਵੇਗਾ। ਇੱਕ ਪਾਸੇ ਪਵੀ, ਪਵੀ ਦੇ ਦੂਸਰੇ ਪਾਸੇ ਪਵੀ, ਪਵੀ ਦੇ ਛੁਪਾਰ ਵਾਲਾ, ਨਾੜ ਝੋੜ ਦੀ ਕਬੱਡੀ ਤੇ ਹਰਜਾਲ ਸੁੱਗਾ, ਨਾੜ ਝੋੜ ਛੁਪਾਰ ਵਾਲਾ ਕੇ ਪੱਟਾਂ ਦੇ ਨਾਲ ਪੱਟਣੇ ਖੈਂਦੇ, ਦੌੜਿਆਂ ਨੂੰ ਕਹਿੰਦੇ ਹੱਥ ਨਹੀਂ ਪੈਂਦੇ, ਲੋਕੀ ਉਂਗਲਾਂ ਕਰ ਕਰ ਪੁੱਛਦੇ ਐ ਇਹ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਕਿਹੜੇ ਪਿੰਡ ਦੇ ਗੱਭਰੂ, ਲਾਓ ਖੇਡ ਬਦਾਂ ਚ ਕਿਹੜੇ ਪਿੰਡ ਦੇ ਗੱਭਰੂ ਹੈ ਜਿਹੜੇ ਵੱਲੋਂ ਮੰਨਾ ਸੰਧੂ ਕਪੂਰੇ ਜਗਮੇਲ ਰੰਧਾਵਾ ਦਿਓਲ ਬ੍ਰਦਰ ਨਾਲ ਮੇਰਾ ਵੀਰ ਵੱਡਾ ਧੰਨਵਾਦ ਹੈ ਸਵਰਨ ਵਾਰ ਜੀ, ਕਬੱਡੀ ਜਗਤ ਨੂੰ ਵੱਡਾ ਮਾਣ। ਲਾਓ ਖੇਡ ਮੈਦਾਨ ਦੇ ਵਿੱਚ ਇਹ ਗੱਭਰੂ ਕੌਣ ਹੈ, ਇਹ ਕਹਿੰਦੇ ਇਹ ਤਾਂ ਨਾੜ ਝੋੜ ਛੁਪਾਰ ਵਾਲਾ ਹੈ, ਛੁਪਾਰ ਵਾਲਾ ਨਾੜ ਝੋੜ ਕਬੱਡੀ ਪਾਉਣਾ ਹੈ। ਉਹ ਆ ਗਿਆ ਕਹਿੰਦੇ ਨਾੜ ਝੋੜ ਛੁਪਾਰ ਵਾਲਾ ਤੇ ਲੱਖਾ ਸਿੱਧਵਾਂ ਗੱਲ ਕਰੂ ਮੁੰਡੇ ਦੀ ਪਈ ਹੋਈ ਕਬੱਡੀ ਦੀ। ਲਓ ਇਸ ਸਮੇਂ ਨਾੜ ਝੋੜ ਦੀ ਪਈ ਕਬੱਡੀ ਵੇਖਾਂਗੇ। ਇੱਕ ਪਾਸੇ ਅੰਮ੍ਰਿਤ ਦੁੱਗਿਆਂ ਵਾਲਾ, ਵੇਖਾਂਗੇ ਕੌਣ ਇਸ ਸਮੇਂ ਕਰਦਾ ਅੰਮ੍ਰਿਤ ਅੰਮ੍ਰਿਤ। ਇੱਕ ਅੰਮ੍ਰਿਤ ਦੀ ਬੂੰਦ ਹੀ ਕਾਫੀ ਅੱਗ ਬੁਝਾਵਣ ਲਈ, ਇੱਕੋ ਸਰੀਰ ਕਾਫੀ ਹੁੰਦਾ ਕੌਮ ਜਗਾਉਣ ਲਈ, ਪਰ ਨਾੜ ਝੋੜ ਇੱਕ ਅੱਗ ਦਾ ਵਾਧਾ। ਹਰਜੀਤ ਬਾਜਾ ਖਾਨਾ ਕਬੱਡੀ ਕਲੱਬ ਲਈ ਕਰਦਾ ਹੋਇਆ ਇਸ ਸਮੇਂ